ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਦੇ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਨੋਟੀਫਿਕੇਸ਼ਨ 'ਤੇ ਆਲ 'ਤੇ ਕਲਿੱਕ ਕਰ ਲਓ ਤਾਂ ਜੋ ਜਿਹੜੀਆਂ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹ ਤੁਹਾਨੂੰ ਮਿਲ ਜਾਏ ਕਰਨ। ਅਤੇ ਦੋਸਤੋ ਤੁਸੀਂ ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਵੀ ਕਰ ਸਕਦੇ ਹੋ, ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਆਪ ਉਧਰ ਭਾਈ ਮੈਚ ਵੀ ਸ਼ੁਰੂ ਹੋ ਗਿਆ ਜੀ, ਜਾਣਕਾਰੀ ਦੀ ਜੋ ਰਣੀਆਂ ਡਿੜਬੇ ਦਾ ਸਨਮਾਨ ਕਰ ਰਿਹਾ ਜੀ ਗਰਾਊਂਡ ਦੇ ਵਿੱਚ ਰਣੀਆਂ ਡਿੜਬਾ ਜੀ। ਇਧਰ ਰਾਜੂ ਠਾਂ ਦਾ ਸਨਮਾਨ ਗਰਾਊਂਡ ਦੇ ਵਿੱਚ ਕਰ ਰਿਹਾ, ਪੀਣ ਵਾਸਤੇ ਗਰਾਊਂਡ ਦੇ ਵਿੱਚ ਪਾਣੀ ਪੁੱਜਦਾ ਕਰ ਦਿਓ ਜੀ, 2 ਮਿੰਟ ਰੁਕ ਜਿਓ ਜੀ। ਡੋਗਰ ਜੀ ਦੀਪੂ ਡਾਕਟਰ ਨੇ ਕਿਹਾ 2 ਮਿੰਟ ਵਾਸਤੇ ਮੈਚ ਰੋਕ ਲਓ ਜੀ, ਆਹ ਰੇਡ ਪੈ ਲੈਣ ਦਿਓ 2 ਮਿੰਟ ਵਾਸਤੇ ਮੈਚ। ਕਬੱਡੀ ਦਾ ਮਹਾਨ ਜਾਫੀ ਰਣੀਆਂ ਡਿੜਬੇ ਵਾਲਾ ਜਿਹਨੇ ਅੱਜ ਪਹੁੰਚਣਾ ਸੀ ਇਸ ਟੂਰਨਾਮੈਂਟ ਤੇ, ਕਿਸੇ ਕਾਰਨਾਂ ਕਰਕੇ ਨਹੀਂ ਪੁੱਜ ਸਕਿਆ ਸਾਡਾ ਵੀਰ, ਉਹਦਾ ਜੋ ਕੀਤਾ ਜਾ ਰਿਹਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਬਾਬਾ ਹਰਕਾ ਦਾਸ ਜੀ ਪਿੰਡ ਰਾਜਗੜ੍ਹ ਕੋਬਿਆਂ ਵਾਲੇ ਸਾਡੇ ਦਰਮਿਆਨ ਆਏ ਹੈ, ਇਹ ਗਰਾਊਂਡ ਦੇ ਵਿੱਚੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ, ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਲਓ ਜੀ ਮੈਚ ਗਰਾਊਂਡ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ, ਬਰੇ ਸਾਹਿਬ ਦੀ ਟੀਮ ਕਾਂਤੀ ਭੀਖੀ ਵਾਲੇ ਪਾਸੇ ਹੈ ਤੇ ਮੰਡੀ ਵਾਲੇ ਪਾਸੇ ਟੀਮ ਗਰਾਊਂਡ ਦੇ ਵਿੱਚ ਰੋੜੀ ਪਿੰਡ ਦੀ ਹੈ। ਭੀਖੀ ਵਾਲਾ ਬਿੱਕਰ ਕਬੱਡੀ ਪਾ ਰਿਹਾ, ਕਾਂਤੀ ਕਰ ਗੱਲ। ਆਓ ਭੀਖੀ ਵਾਲੇ ਬਿੱਕਰ ਦੀ ਕਬੱਡੀ ਪੈ ਗਈ ਹੈ, ਪਿਛਲੇ ਦਿਨੀ ਭਾਈ ਕਾਕੇ ਵਰਗੇ ਨੇ ਪੂਰੇ ਯਾਰਾਂ ਮਿੱਤਰਾਂ ਨੇ ਵੱਡਾ ਟੂਰਨਾਮੈਂਟ ਕਰਾਇਆ। ਆਓ ਉਧਰਲੇ ਪਾਸੇ ਟੀਮ ਮੇਰੇ ਪੰਜਾਬੀ ਵੀਰੋ, ਆਪਾਂ ਦੇਖਦੇ ਹਾਂ ਵੀ ਬਰਿਆਂ ਦੀ ਟੀਮ ਦੇ ਨੌਜਵਾਨਾਂ ਦੀ ਗੱਲ ਹੁੰਦੀ ਹੈ ਜਾਂ ਰੋੜੀ ਦੀ ਟੀਮ ਦੇ ਪਲੇਅਰ ਥੋੜੀ ਜਿਹੀ ਸੱਟ ਲੱਗੀ ਹੈ। 1 ਮਿੰਟ ਕਾਂਤੀ, 1 ਮਿੰਟ ਵੀਰੇ ਧਿਆਨ ਨਾਲ ਇੱਧਰ। ਇੱਧਰ ਸਨਮਾਨ ਸਰਦਾਰ ਜਸਵੰਤ ਸਿੰਘ ਜੀ ਗੁਰੂ, ਉਹਨਾਂ ਦਾ ਸਨਮਾਨ ਜੋ ਖੇਡ ਗਰਾਊਂਡ ਦੇ ਵਿੱਚੋਂ ਕੀਤਾ ਜਾ ਰਿਹਾ ਹੈ, ਬਹੁਤ ਵੱਡਾ ਯੋਗਦਾਨ ਹੈ ਜੀ ਮੈਨੂੰ ਦੱਸਿਆ ਜਿਨ੍ਹਾਂ ਦਾ, ਕਿਉਂਕਿ ਰਣੀਏ ਡਿੜਬੇ ਦਾ ਸਨਮਾਨ ਕੀਤਾ ਜਾ ਰਿਹਾ ਜੀ, ਰਣੀਏ ਡਿੜਬੇ ਦਾ ਸਨਮਾਨ ਵੱਡੇ ਸ਼ਾਨਦਾਰ ਕੱਪ ਦੇ ਨਾਲ। ਗੁਰੂ ਕਿਰਪਾ ਮੈਡੀਕਲ ਸਟੋਰ ਡਾਕਟਰ ਗੁਰਦੀਪ ਸਾਡਾ ਵੀਰ ਪ੍ਰਧਾਨ ਹੈ, ਇਹ ਰਣੀਏ ਡਿੜਬੇ ਨੇ ਪੁੱਜਣਾ ਸੀਗਾ ਕਿ ਜੇ ਕੁਝ ਕਾਰਨ ਕਰਕੇ ਨਹੀਂ ਪੁੱਜ ਸਕੇ, ਬਹੁਤ ਬਹੁਤ ਧੰਨਵਾਦ। ਲਾਓ ਖੇਡ ਗਰਾਊਂਡ ਦੇ ਵਿੱਚ ਬਹੁਤ ਉੱਚ ਕੋਟੀ ਦੇ ਮੁਕਾਬਲੇ ਖੇਡੇ ਜਾ ਰਹੇ ਹੈ। ਇਸ ਤੋਂ ਅਗਲਾ ਮੈਚ ਨੰਗਲ ਕਲਾਂ ਤੇ ਧਲੇਵਾਂ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਊਗਾ, ਨੰਗਲ ਕਲਾਂ ਤੇ ਧਲੇਵਾਂ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਨੇੜੇ ਲੱਗ ਜਾਣ। ਪ੍ਰੀਤ ਬਰੇ ਪਿੰਡ ਵਾਲਾ ਰੇਡ ਪਾ ਰਿਹਾ, ਕਾਂਤੀ ਕਰ। ਆਓ ਪ੍ਰੀਤ ਦੀ ਕਬੱਡੀ ਪੈ ਗਈ ਆ, ਵਰਿਆਂ ਵਾਲੇ ਦੀ ਕਬੱਡੀ ਪੈ ਗਈ ਆ, ਲੋਕ ਸਵਾਦ ਲੈਣਾ ਚਾਹੁੰਦੇ ਆ, ਟੱਕਰ ਲੈਣਾ ਚਾਹੁੰਦੇ ਆ, ਉਹ ਭਾਵੇਂ ਰੋੜੀ ਵਾਲਿਆ ਮੁੰਡਿਆ ਸਦਕੇ ਪਰ ਪ੍ਰੀਤ ਵਰਿਆਂ ਵਾਲਾ ਨੰਬਰ ਜੋੜਦਾ ਹੋਇਆ। ਆਹ ਮੁੰਡੇ ਦਾ ਪਿੰਡ ਕਹਿੰਦੇ ਮੱਲੜੀ ਹੈ, ਉਹ ਪਿੰਡ ਦੇ ਵਿੱਚ AK-47 ਆਖਦੇ ਆ, ਉਹ AK-47 ਆਖਦੇ ਆ, ਜਿਵੇਂ ਕਹਿੰਦੇ ਹੁੰਦੇ ਆ ਐਵੇਂ ਚੱਕਾ ਅਸਲਾ ਮੰਡੀਰ ਫਿਰਦੀ, ਉਹ ਇੱਕ ਵਿੱਚ ਗੋਲੀ ਸੂਰਮਾਹੀ ਮਾਰਦਾ, ਇੱਕ ਵਿੱਚ ਗੋਲੀ ਸੂਰਮਾਹੀ ਮਾਰਦਾ। AK-47 ਮੱਲੜੀ ਵਾਲਾ ਕਬੱਡੀ ਪਾ ਰਿਹਾ, ਉਹ ਦੂਜੇ ਪਾਸੇ ਬਰਿਆਂ ਦੀ ਟੀਮ, ਉਹ ਦੋਦੜੇ ਵਾਲਾ ਤਾਰੀ ਕਹਿੰਦਾ AK-47 ਉਹ ਮੈਨੂੰ ਚਲਾਉਣ ਦੇ, ਉਹ ਮੈਨੂੰ ਚਲਾਉਣ ਦੇ, ਉਹ ਮੈਨੂੰ ਚਲਾਉਣ ਦੇ AK-47 ਦੇ ਤਾਰੀ। ਪਰ AK-47 ਤਾਂ ਚੱਲੂ ਪਹਿਲਾਂ 47 ਦੇ ਰੌਂਦ ਪਾਉਣੇ ਸਿੱਖੋ, ਰੌਂਦ ਪਾਉਣੇ ਸਿੱਖੋ 35 ਕਬੱਡੀ ਦੇ ਅਤਲਾ ਸਾਹਿਬ। ਸਾਹਮਣੇ ਨੌਜਵਾਨ ਬਿੱਕਰ ਭੀਖੀ ਵਾਲਾ, ਲਓ ਭੀਖੀ ਵਾਲਾ ਬਿੱਕਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ, ਸਾਹਮਣੇ 4 ਜਾਫੀ ਰੋੜੀ ਦੇ ਹੈ, ਪਹਿਲਾ ਪਿੰਡ ਹੈ ਸਰਦੂਲੇ ਵਾਲੇ ਦੇ ਲਾਗੇ ਜ਼ਿਲ੍ਹੇ ਸਰਸੇ ਹਰਿਆਣੇ ਦਾ, ਲਓ ਰੋੜੀ ਪਿੰਡ ਖੇਡ ਰਿਹਾ ਹੈ। ਨੰਗਲ ਕਲਾਂ ਤੇ ਧਲੇਵਾਂ ਦੀਆਂ ਟੀਮਾਂ ਗਰਾਊਂਡ ਦੇ ਲਾਗੇ ਆ ਜਾਣ, ਨੰਗਲ ਕਲਾਂ ਤੇ ਧਲੇਵਾਂ, ਉਸ ਤੋਂ ਬਾਅਦ ਫੇਰ ਕਾਂਤੀ ਖੜਕਾ ਦੜਕਾ ਘੁੰਮਣ ਕਲਾਂ ਤੇ ਜਗਮਾਲ ਵਾਲੀ ਦਾ ਹੋਣਾ ਹੈ। ਘੁੰਮਣ ਕਲਾਂ ਤੇ ਜਗਮਾਲ ਵਾਲੀ ਦਾ ਤੋਤੀ ਸਾਡਾ ਵੀਰ ਤੌਲਾ ਨੌਕਰਾਂ ਦਾ ਦੇ ਭਾਣਜੇ ਦਾ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ, ਧੰਨਵਾਦ ਆ। ਤੇ ਨਾਲ ਸਾਡਾ ਵੀਰ ਚਹਿਲ ਟਾਇਲ ਫੈਕਟਰੀ ਵਾਲੇ ਖਿਆਲੇ ਵਾਲੇ ਬਿੰਦਰ ਬਾਈਆਂ ਦਾ ਧੰਨਵਾਦ ਤੇ ਚਮਕੌਰ ਦਾ। ਉਹ ਟੱਕਰ ਹੋ ਗਈ ਆ, ਇੱਕ ਪਾਸੇ ਟੀਮ ਮੇਰੇ ਪੰਜਾਬੀ ਵੀਰੋ ਬਰਿਆਂ ਦੀ ਹੈ, ਉਹ ਤਾਰੀ ਵਰਗੇ ਗੱਗੇ ਵਰਗੇ ਰੈਂਬੋ ਵਰਗੇ, ਉਹ ਟੱਕਰ 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 ਪੰਪ, ਉਹ ਤਾਰੀ ਮਾਰੋ ਇੱਕ ਵਾਰੀ ਮੁੰਡੇ ਦੇ ਨਾਂ ਤੇ ਅਤਲੇ ਵਾਲਿਆ ਕਰ ਗੱਲ ਫਿਰ। ਲਓ ਸਾਡੇ ਪ੍ਰੀਤ ਬਰੇ ਪਿੰਡ ਵਾਲਾ ਰੇਡ ਪਾ ਰਿਹਾ ਹੈ, 2 ਸਤੰਬਰ ਨੂੰ ਸੱਦਿਆ ਹੈ
नंगल कलां दे कबड्डी कप दे 58 ते ओपन दे मैच होणगे। थोड़ी जी माफी चाहुंदे आ इधर डॉक्टर अंबेद राय स्पोर्ट्स क्लब दा सम्मान हो रिहा है। पम्मे नंबरदार दा सम्मान है जी, ओ ग्राउंड दे विच आ जावे। उधर डॉक्टर अंबेद राय स्पोर्ट्स क्लब दा सम्मान हो रिहा, तोती नौकरां दा भांजा साडा वीर, बड़ा सम्मान किया जा रहा कमेटी वालों। बार टक्कर बहुत तगड़ी है, आओ चाले के 47, आओ पहला कहते भी मुंडे नूं जख्मी कर गया, आओ तेरे ते हाथ मौन हटा दोदड़े वाला भरिया वाला तारी उरले पासे आ, दोदड़े वाला पहले पासे आ, रैंबो दे कक्का का अतला साहब हुण कुंडियां दे सिंघ फस गए, आओ फिर नित्रू बड़े वे खाणी एक 47 आओ गया आओ गया रोड़ी ली नंबर जोड़दा 35 कबड्डी बिकर दी यार अपने वाला। पम्मा नंबरदार जी वो अपना सम्मान ले लैन, पम्मा नंबरदार जी उन्हां दे पिता जी ने जेड़ा ए मुड़ बन्या सीगा इस ग्राउंड दा इस खेड स्टेडियम दा आपां धन्नवाद करदे आं। पम्मा नंबरदार जी आके अपना सम्मान चल लै लैण। नंगल कलां अते धलेवां दीआं टीमां तैयार वर तैयार हो जाण। उधर पंजाब साउंड ख्याला पक्षियां दी सेवा सवेर तों कीती जा रही है, बेला ख्याला सवेर तों वड्डी सेवा कीती जा रही है। धन्नवाद है साडे वीर पंजाब साउंड ख्याला पक्षियां दी सेवा ते बेले ख्याले बाड़े दा बहुत वड्डा धन्नवाद है। लो खेड ग्राउंड दे विच है, मुंडा इधरले पासे रोड़ी वाला गोरी कबड्डी पा रहा है, गोरी रेड पा रहा है, चार जाफी तैयार ने। हुण वेखदा वी दोदड़े वाले तारी दा नां चलदा मैदानां दे विच। लो इधरले पासे दोदड़ा साहिब पिंड है, ए है तारी नौजर जिहड़े है डाढ़ा जफा ला के पॉइंट जोड़ दित्ता है। अगली कबड्डी प्रीत दी पै रही है ग्राउंड दे विच, कांती गल करो। आओ प्रीत कबड्डी पा रहा, और रोड़ी वाले आ नहीं किसे तो लोट आउंदा इन्हों रोकना पऊगा। मुंडा कहते इस समय टॉप का रेडर एरिए मानसा के इलाके के पूरी तक पाई हुई है, बड़े मेले जिता आओ पर रोड़ी वाले रोड़ी वाले रोड़ी वाले रोड़ी वाले मुंडा कहते जिन्ना सीधा भरता तो उन्नी आओ पुठी चाल है। आ गया एक 47 भरियाले आओ आ गया मुंडा एक 47 मलड़ी वाला जगदीप दे पिंड दा वड्डा मेला होया। मेरे मित्रों एक पासे देखदे आ एक 47 मलड़ी वाला दोदड़े वाला तारी इधरले पासे तारी, पर अज एक 47 दी ओए बखरी तैयारी, ओए बखरी तैयारी बिकर भीखी वाले दी कबड्डी है। अतलिया पेचा बवा किदना पैंदा सामने बिकर भीखी वाला कबड्डी पा रहा है। लाओ सामने मैदान दे विच गुरविंदर रोड़ी वाला गुरविंदर ट्राई करदा ते पॉइंट बरे साहब दी टीम दे वास्ते जुड़दा होया। लाओ पैंदियां कबड्डियां ने चढ़ चढ़ के आओ पैंदा ए जमाना सारा खड़ खड़ के अज साना दे मैदान विच भेड़ होणे ने। आओ शेरां ने पहाड़ां नाल मत्थे लाउणे ने, आओ चुंग चुंग के मज्जां बूरियां आ गई डोलियां पट्टां दे विच जान। मित्रों अज वेखणा ए कौण जांदा जित के, आओ कौण जांदा जित के ख्याले दा मैदान। मित्रों ख्याले दा मैदान मित्रों कौण जितूगा, बल्ले बल्ले कराई जाता हरप्रीत प्रीत भरियाला लोग प्रीत प्रीत आखदे जो मैदान जांदा उदो हर एक जाफी सोचता वो इनू किवें रखांगे इन्हें वेनड़े वाला लंबी वाना इलाके का वेनड़े वाला लंबी वाना। जे एक बारी प्रीत की कबड्डी वधिया लगी ताड़ी मार दो जोरदार आओ कबड्डी पै रही है एक 47 दी मलड़ी वाले दी आओ सरसे जिले वाले दी हरियाणे वाले दी। लाओ देखदे दूजे पासे मेरे मित्रों जिहड़ी टीम मेरे पंजाबी वीर बड़ियां दी कुलविंदर वर्गे वीर रैंबो इहनू रैंबो सरपंच 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 कहिंदे ने एक 47 अज लोट नहीं आउंदा। ओए अज अतले वालिया लोट नहीं आउंदा एक 47 मलड़ी वाला लोट नहीं आ रहा। लाओ बिकर भीखी वाला कबड्डी पाउण आ गया है। लद्दू वास पिंड वाला राजा है नाल कहिंदे रोड़ी वाला दीप है ते नाल हरपाल डड्डू है ते नाल गुरविंदर है रोड़ी दी धरती दा। लाओ सामने मैदान दे विच चार जाफी तैयार ने, बिकर भीखी वाले दी रेड पै रही है। हुण वेखदा वी चार जाफियां हरपाल हरपाल रोड़ी वाला हरपाल छड़ दे भाई छड़ दे सत लग गई। वाहिगुरु मेहर करे वाहिगुरु मेहर करे वाहिगुरु मेहर करे। थोड़ी जी प्लेयर दे सट लगी है टेक प्रधान साडा वीर बड़ा क्लब हुंदा सी भगत धन्ना जट हैना
बहुत वड्डा बाई दा साडे प्यार हुंदा नगर दे विच सारे वीर बन के कंती वीर बन के मेरी एक हाथ जोड़ के बेनती है हाथ जड़वा लो पैर जड़वा लो वीर बन के पैग ला के कोई बंदा ग्राउंड च ना आवे भाई मैं बेनती करदा देखो सत्कार योग अंकल जी सरदार बलबीर सिंह जी बहुत धन्यवाद है ते एक असी बेनती ये करदे आ भी वीर बन के हाथ जड़वा लो क्योंकि किसी प्लेयर दे सट लग गई सारा सीजन खराब हो जाता है कांती गल करनगे विस्तार पूर्व हां बिल्कुल सही गल है जी मंगरो प्लेयर नु बेचारे नु कोई नहीं पुछदा पोस्टा पापा जिन्ना चिर चढ़ाई हुंदी है ना अतले वालिया ओना चली चाहे रेडरा चाहे जाफी अगला मार मुरे गड्डी ला दिंदा जिदे कुदे ऐ नहीं पता कोई चप्पणी दा जोड़ हिल जे कोई मोढ़ा हिल जे कोई गोडा हिल जे कोई लिगामेंट हिल जे ओदले मारिया नाग मुड़के मेरे अरगा नंबर भी ब्लॉक लिस्ट च पांदा भी कुछ मांगना लवे एवें फेसबुक दे 5000 मित्र बन जांदे ने पर जिदे किसे नूं लोड़ पैंदी है ना दीपू ओदे फिर टामे टामे ही खड़दे आ आ टामे टामे ही खड़दे आ भरियाला प्रीत नंबर रह गया क्यों देखदा गुरजीत शर्मा जी सही गल आणा ਉਹ ਤਾਂ 5000 ਲਾਈਕ ਦੇ ਕਮੈਂਟ ਲਿਖ ਦਿੰਦਾ ਭਾਈ ਜੀ ਨੂੰ ਪ੍ਰੀਤ ਬਰੇ ਪਿੰਡ ਵਾਲੇ ਦੀ ਖੇਡ ਚੰਗੀ ਲੱਗੀ ਆ ਇੱਕ ਤਾੜੀ ਮਾਰ ਦਿਓ ਦਰਸ਼ਕ ਵੀਰਿਓ ਇੱਕ ਤਾੜੀ ਮਾਰ ਦਿਓ ਬੱਲੜੀ ਵਾਲਾ ਏਕੇ 47 ਵੀ ਅੱਜ ਰੋਕਣ ਦੇ ਮੂਡ ਚ ਨਹੀਂ ਏਕੇ 47 ਵੀ ਅੱਜ ਰੋਕਣ ਦੇ ਮੂਡ ਚ ਨਹੀਂ ਏਕੇ 47 ਰੇਡ ਪਾ ਰਿਹਾ ਹੈ ਇਹਦਾ ਮੱਲੜੀ ਪਿੰਡ ਹੈ ਸਰਦੂਲਗੜ ਦੇ ਲਾਗੇ ਹੁਣ ਵੇਖਦਾ ਵੀ ਸਾਹਮਣੇ ਏਕੇ 47 ਦੀ ਪਈ ਰੇਡ ਹੈ ਤਾਰੀ 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 ਦੋਦੜਾ ਤਾਰੀ ਦੋਦੜਾ ਟਰਾਈ ਕਰਦਾ ਹੈ ਤੇ ਪੁਆਇੰਟ ਆਓ ਮੈਂ ਪਹਿਲਾਂ ਕਿਹਾ ਸੀ ਆਓ ਮੈਨੂੰ ਲੱਗਦਾ ਰੋੜੀ ਵਾਲਿਆਂ ਨੇ ਦੋਦੜਾ ਸਾਹਿਬ ਦੇ ਮੁੰਡਿਆਂ ਨੂੰ ਟੀ-ਸ਼ਰਟਾਂ ਪਵਾਤੀਆਂ ਟੀ-ਸ਼ਰਟਾਂ ਪਵਾਤੀਆਂ ਇਹ ਜਿੱਤਾ ਹਰਾ ਚੱਲਦੀਆਂ ਰਹਿੰਦੀਆਂ ਸੌਰੀ ਭਰਿਆਂ ਵਾਲੇ ਮੁੰਡਿਆਂ ਨੂੰ ਕਿਉਂਕਿ ਦੋਦੜੇ ਵਾਲਾ ਤਾਰੀ ਵੀ ਖੇਡਦਾ ਸੀ ਉਹਨਾਂ ਦੀ ਟੀਮ ਦੇ ਵਿੱਚ ਸਾਡੇ ਕਲੱਬ ਦੇ